ਕਹਿੰਦਾ ਚੰਗਾ ਨਾ ਸਾਡੀ ਗੱਲ ਨਹੀਂ ਨਾ ਮਜ਼ਾ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ ਫੈਮਿਲੀ ਲਈ ਹੈ ਕਾਮੇਡੀ ਹੈ ਤੁਸੀਂ ਬਹੁਤ ਜ਼ਿਆਦਾ ਹੱਸੋਗੇ ਇਹਦੇ ਵਿੱਚ ਜਿੰਨੇ ਵੀ ਕੈਰੇਕਟਰਸ ਨੇ ਸਾਰੇ ਬਹੁਤ ਕਮਾਲ ਦੇ ਨੇ ਸਭ ਨੂੰ ਬਹੁਤ ਵਧੀਆ ਬਨੂ ਪੁਨੀਆ ਦਾ ਇਹ ਸੁਣ ਕੇ ਤਾਂ ਮਾਨ ਸਾਹਿਬ ਦਾ ਗਾਣਾ ਯਾਦ ਆਉਂਦਾ ਪਰ ਕੀ ਬਨੂ ਪੁਨੀਆ ਦਾ ਇਹ ਮੱਲਾ ਸਾਹਿਬ ਲੈ ਕੇ ਆਇਆ ਕਮੇਡੀ ਫਿਲਮ ਆਈਏ ਜਾਣਦੇ ਕੀ ਹਾਲ ਜਿਹਦਾ ਨਾਂ ਹੈ ਕੀ ਬਨੂ ਪੁਨੀਆ ਦਾ ਔਰ ਇਹਦੇ ਵਿੱਚ ਬਲਵੰਤ ਸਿੰਘ ਪੁਨੀਆ ਦਾ ਕਿਰਦਾਰ ਮੈਨ ਮਾਰਿਆ ਮੇਰਾ ਬੇਟਾ ਨਿੱਕਾ ਪੁਨੀਆ ਬੱਬਲ ਰਾਏ ਤੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਵੈਬ ਸੀਰੀ ਨੂੰ ਸਾਇਰਾ ਦੇ ਵਿੱਚ ਹੀਰੋਇਨ ਬਹੁਤ ਖੂਬਸੂਰਤ ਦਿਖਾ ਬਲਾਵਰ ਸਿੱਧੂ ਜੀ ਨੇ ਅੱਜ ਤਾਂ ਮੈਮ ਨੇ ਚੰਦਨ ਗਿੱਲ ਹੈਗੀ ਹੈ ਲੜਕੀ ਬਹੁਤ ਅੱਛੇ ਅੱਛੇ ਫਿਲਮਾਂ ਇਸ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਕ ਗੱਲ ਮੈਂ ਦਾਅਵੇ ਨਾਲ ਕਹੂੰਗਾ ਵੀ ਨਾ ਭਾਵੇਂ ਕੀ ਬਣੂ ਪੁਨੀਆ ਦਾ ਵੈਬ ਸੀਰੀਜ਼ ਹੈ ਪਰ ਫੀਲਿੰਗ ਤੁਹਾਨੂੰ ਇਹਦੇ ਵਿੱਚ ਜ਼ਰੂਰ ਫਿਲਮ ਵਾਲੀ ਆਏਗੀ ਕਿਉਂਕਿ ਬਣੇ ਹੋਏ ਡਾਇਰੈਕਟਰ ਸਮੀਪ ਕੰਗ ਜੀ ਇਸ ਨੂੰ ਡਾਇਰੈਕਟ ਕਰ ਰਹੇ ਨੇ ਬਹੁਤ ਸਾਰੇ ਫਿਲਮਾਂ ਵਾਲੇ ਐਕਟਰਸ ਨੇ ਜਿਹੜੇ ਇਸ ਵੈਬ ਸੀਰੀਜ਼ ਦੇ ਵਿੱਚ ਆ ਰਹੇ ਨੇ ਸੋ ਤੁਸੀਂ ਘਰ ਬੈਠ ਕੇ ਮੁਫਤ ਯੂਟਿਊਬ ਤੇ ਇਸ ਵੈਬ ਸੀਰੀਜ਼ ਦਾ ਆਨੰਦ ਮਾਣੋਗੇ ਜਿਹੜੀ ਕਿ 12 ਮਾਰਚ ਤੱਕ ਹੀ ਮਿਲੇ ਔਰ ਅੱਜ ਜਿਹਨੂੰ ਦੇਖ ਕੇ ਜਾਂ ਸੁਣ ਕੇ ਤੁਹਾਨੂੰ ਕੁਛ ਮੈਰਿਜ ਪੈਂਟ ਹੋਵੇ ਇਹ ਹੋਵੇ ਮੈਂ ਫੈਮਿਲੀ ਨਾਲ ਬੈਠ ਕੇ ਜੋ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਵੈਬ ਸੀਰੀਜ਼ ਦਾ ਗਾਲਾਂ ਚੱਲਦੀਆਂ ਹੋਰ ਚੱਲਦੇ ਆ ਇਹੋ ਜਿਹਾ ਕੁਛ ਨਹੀਂ ਸਾਡੀ ਗਰੀਬਾਂ ਦੀ ਕਾਹਦੀ ਗੱਲ ਹੁੰਦੀ ਹੈ ਵੱਧ ਵੱਧ ਸਾਲਾ ਚਾਹੀਦਾ ਜਿਵੇਂ ਕਹਿੰਦੇ ਜੱਟਾਂ ਦੀ ਕਹਿੰਦੇ ਸੋ ਇਸ ਕਰਕੇ ਕੋਈ ਏਦਾਂ ਦੀ ਗੱਲਬਾਤ ਨਹੀਂ ਸੇਮ ਫੀਲਿੰਗ ਕਹਿ ਰਹੀ ਜੱਟਾਂ ਵਾਲੀ ਸੇਮ ਡਾਇਰੈਕਟਰ ਸੇਮ ਪ੍ਰੋਡਿਊਸਰ ਕਹਿ ਲਓ ਜੀ ਆਪ ਵੀ ਪ੍ਰੋਡਿਊਸ ਕਰ ਰਹੇ ਨੇ ਇਸ ਵੈਬ ਸੀਰੀਜ਼ ਨੂੰ ਔਰ ਸੇਮ ਸਟੋਰੀ ਇਹਨਾਂ ਨੇ ਆਪ ਲਿਖੀ ਹੈ ਕੈਰੀ ਔਨ ਦੇ ਨਾਲ ਸੇਮ ਸਟੋਰੀ ਨਹੀਂ ਹੈ ਯਾਨੀ ਕਾਮੇਡੀ ਵਾਲੀ ਸੇਮ ਜਨਰ ਦੀ ਸਟੋਰੀ ਬਦਮਾਸ਼ ਹੁੰਦਾ ਤੇ ਜਿਹਦਾ ਨਾਂ ਜਾਗਰ ਸਿੰਘ ਨਿੱਕ ਨੇਮ ਉਹਦਾ ਬਿੱਲਾ ਉਹਦੇ ਵਿੱਚ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਕੋਲ ਮੇਰੇ ਬੇਟੇ ਲਈ ਲੈ ਕੇ ਆ ਰਿਹਾ ਬੇਟਾ ਕਿਸੇ ਹੋਰ ਨੂੰ ਪਸੰਦ ਕਰੀ ਬੈਠਾ ਸੋ ਜਿਹੜੇ ਪੰਡਿਤ ਜੀ ਰਿਸ਼ਤਾ ਲੈ ਕੇ ਆਏ ਆ ਉਹ ਇੰਟਰੋਡਕਸ਼ਨ ਕਰਾਉਂਦੇ ਨੇ ਬਈ ਇਹ ਆ ਜੀ ਬਿੱਲਾ ਮੈਂ ਕਿਹਾ ਵਾਗੜ ਕਹਿੰਦਾ ਨਹੀਂ ਜਾਗਰ ਜਾਗਰ ਬਿੱਲਾ ਸੋ ਇਸ ਤਰ੍ਹਾਂ ਦੇ ਬਹੁਤ ਕਹਿ ਸਕਦੇ ਹੋ ਜਿਹਦੇ ਵਿੱਚ ਸੁਣਦੇ ਸਾਰ ਤੁਹਾਨੂੰ ਹਾਸਾ ਆਊਗਾ ਸੋ ਉਹੀ ਸੇਮ ਸਟਾਈਲ ਕਹਿ ਰਹੀ ਹਾਂ ਜੱਟਾਂ ਵਾਲਾ ਟਾਈਮਿੰਗ ਦੇ ਕੇ ਪੰਚ ਮਾਰਨਾ ਕਹਿ ਰਹੇ ਤਾਂ ਕੋਈ ਡਾਇਲੋਗ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਇਸ ਸੀਰੀਜ਼ ਰਿਲੀਜ਼ ਹੋਣ ਤੋਂ ਬਾਅਦ ਜਦੋਂ ਤੁਹਾਡੇ ਪਿਆਰੇ ਪਿਆਰੇ ਕਮੈਂਟ ਸਾਨੂੰ ਸੁਣਨ ਨੂੰ ਮਿਲਣਗੇ ਥੈਂਕ ਯੂ ਵੈਰੀ ਮੱਚ ਸਰ ਇੱਕ ਜਾਂਦੇ ਜਾਂਦੇ ਲਾਸਟ ਵਿੱਚ ਆਪਣਾ ਫੇਵਰਟ ਕੈਰੋ ਸੁਣਾ ਦਿਓ ਤੇ ਦਰਸ਼ਕਾਂ ਕਿਹੜੀ ਗੱਲ ਕਿਹੜੀ ਹੋ ਕੈਰੀ ਔਨ ਜੱਟਾ ਦਾ ਸੁਣਾ ਦਿਓ ਜੀ ਕੈਰੀ ਔਨ ਤਾਂ ਜਿਹੜਾ ਮਜ਼ਾ ਹੁਣ ਮੈਂ ਕਹਿੰਦਾ ਚੰਗਾ ਲੱਗਦਾ ਸਾਡੀ ਗੱਦੇ ਹੀ ਲਾ ਲੈ ਮਜ਼ਾ ਦੱਸੋ ਇਹ ਆਪਣੇ ਭੱਲਾ ਜੀ ਇਹਨਾਂ ਦੇ ਬੜੇ ਫੇਮਸ ਡਾਇਲੋਗ ਨੇ ਆਈਏ ਚੱਲਦੇ ਹੈ
ਆਪਣੇ ਮੈਡਮ ਦੇ ਨਾਲ ਗੱਲ ਕਰਦੇ ਹਾਂ ਕੀ ਖਾਸ ਲੈ ਕੇ ਆਏ। ਮੈਡਮ ਪਹਿਲਾਂ ਤਾਂ ਆਪ ਦਰਸ਼ਕਾਂ ਨੂੰ ਨਾਂ ਦੱਸੋ ਪਹਿਲਾਂ ਆਪਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਾਇਰਾ ਤੇ ਕੀਬਰਡ ਪੁਨੀਆ ਦਾ ਇਹ ਵੈਬ ਸੀਰੀਜ਼ ਲੈ ਕੇ ਆ ਰਹੇ ਹਾਂ ਜੋ ਕਿ 12 ਮਾਰਚ ਨੂੰ ਸਮੀਪ ਕੰਗ ਯੂਟਿਊਬ ਚੈਨਲ ਤੇ ਸ਼ਾਮੀ 5 ਵਜੇ ਰਿਲੀਜ਼ ਹੋਏਗਾ ਇਹਦਾ ਪਹਿਲਾ ਐਪੀਸੋਡ। ਔਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਇਹਨੂੰ ਪਸੰਦ ਕਰੋਗੇ। ਫਿਲਹਾਲ ਟ੍ਰੇਲਰ ਆ ਚੁੱਕਿਆ ਹੈ, ਉਹ ਦੇਖੋ ਜਦੋਂ। ਕੀ ਖਾਸ ਹੈ ਇਸ ਫਿਲਮ 'ਚ? ਪਰਿਵਾਰਿਕ ਫਿਲਮ ਹੈ ਕਿ ਤੁਹਾਨੂੰ ਪਤਾ ਕਿ ਵੈਬ ਸੀਰੀਜ਼ 'ਚ ਲਗਾਤਾਰ ਬਰਗਰ ਚੱਲਦੀਆਂ ਰਹਿੰਦੀਆਂ ਕਾਫੀਆਂ ਜੀ, ਲੋਕੀ ਪਰਿਵਾਰ ਤੋਂ ਆਉਂਦੇ ਦੇਖ ਨਹੀਂ ਸਕਦੇ। ਇਸ ਫਿਲਮ 'ਚ ਕੀ ਹੈ? ਸਮੀਪ ਸਰ ਦਾ ਜੋ ਸਿਨੇਮਾ ਹੈ ਨਾ, ਆਈ ਥਿੰਕ ਉਹ ਇਸ ਚੀਜ਼ ਨੂੰ ਅਸ਼ੋਰ ਕਰਦਾ ਕਿ ਬਿਲਕੁਲ ਪਰਿਵਾਰਿਕ ਹੈ। ਹੁਣ ਤੱਕ ਦੀ ਇੱਕ ਵੀ ਉਹਨਾਂ ਦੀ ਵੈਬ ਸੀਰੀਜ਼, ਆਈ ਮੀਨ ਕੋਈ ਫਿਲਮ, ਇਹ ਵਾਲੀ ਵੈਬ ਸੀਰੀਜ਼ ਕੋਈ ਵੀ ਇੱਦਾਂ ਦੀ ਨਹੀਂ ਜੋ ਵਲਗਰ ਹੋਏ, ਉਹ 'ਚ ਇੱਕ ਵੀ ਵਲਗਰ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੋਏ, ਨੋਟ ਐਟ ਆਲ। ਸੋ ਇਟਸ ਕਲੀਨ, ਫੈਮਿਲੀ ਲਈ ਹੈ, ਕਾਮੇਡੀ ਹੈ, ਤੁਸੀਂ ਬਹੁਤ ਜ਼ਿਆਦਾ ਹੱਸੋਗੇ। ਇਹਦੇ ਵਿੱਚ ਜਿੰਨੇ ਵੀ ਕੈਰੇਕਟਰਸ ਨੇ ਸਾਰੇ ਬਹੁਤ ਕਮਾਲ ਦੇ ਨੇ, ਸਭ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ। ਐਂਡ ਆਈ ਰੀਅਲੀ ਫੀਲ ਕਿ ਪਰਿਵਾਰ ਨਾਲ ਬਹਿ ਕੇ ਜਦੋਂ ਹੱਸਣ ਦਾ ਦਿਲ ਕਰੇ ਤੇ ਸ਼ਾਮੀ 5 ਵਜੇ ਤੁਸੀਂ ਸਮੀਪ ਕੰਗ ਯੂਟਿਊਬ ਚੈਨਲ ਲਾ ਲਿਆ ਕਰੋ। ਮੈਮ ਤੁਸੀਂ ਪਹਿਲੀ ਵਾਰ ਇਸ ਜਰਨਲ ਵਿੱਚ ਆ ਰਹੇ ਹੋ, ਉਸ ਤੋਂ ਪਹਿਲਾਂ ਕੀ ਕਰ ਰਹੇ? ਮੈਂ ਇਸ ਤੋਂ ਪਹਿਲਾਂ ਉਹ ਕਹਿੰਦੀ ਸੀ ਜੋ ਤੁਸੀਂ ਕਰ ਰਹੇ ਹੋ, ਯਾਨੀ ਕਿ ਐਂਕਰ ਦਾ ਸਫ਼ਰ ਹੀਰੋਇਨ ਤੱਕ ਕਿੱਦਾਂ ਬਣਿਆ ਤੁਹਾਡੇ? ਐਕਚੁਲੀ ਮੈਂ PTC ਪੰਜਾਬੀ ਨਾਲ ਪਿਛਲੇ 3 ਸਾਲਾਂ ਤੋਂ ਜੁੜੀ ਹੋਈ ਹਾਂ ਔਰ ਮੈਂ ਰਿਐਲਿਟੀ ਸ਼ੋਅਜ਼ ਹੋਸਟ ਕਰਦੀ ਸੀ ਐਂਡ ਆਲ ਆਫ ਦੈਟ। ਸੋ ਇੱਕ ਵਾਰੀ ਐਜ਼ ਫਾਰ ਐਜ਼ ਆਈ ਨੋ ਮੈਂ ਇੰਟਰਵਿਊ ਕੀਤੀ ਸੀ ਬੱਬਲ ਦੀ। ਅੱਛਾ ਜੀ। ਸੋ ਆਈ ਥਿੰਕ ਦੈਟ ਸਮ ਹਾਊ ਕਲਿੱਕ, ਪਰ ਉਸ ਤੋਂ ਬਾਅਦ ਬਹੁਤ ਚਿਰ ਬਾਅਦ, ਆਈ ਥਿੰਕ ਇਹ ਤੇ ਉਹ 1.5-2 ਸਾਲ ਪੁਰਾਣੀ ਗੱਲ ਹੈ, ਉਸ ਤੋਂ ਬਾਅਦ ਇਹ ਫਿਲਮ ਮੈਨੂੰ ਆਫਰ ਹੋਈ, ਵੈਬ ਸੀਰੀਜ਼ ਮੈਨੂੰ ਆਫਰ ਹੋਈ ਐਂਡ ਆਈ ਲਾਈਕ ਹੁਣੇ ਆਈ ਮੈਂ। ਕਿੰਨੇ ਐਪੀਸੋਡ ਆ ਰਹੇ ਨੇ? Actually for now every Saturday 5 PM ek ek episode karke paavange, jive da response milega fir ode te depending assi maybe second season vi leke aaiye da, so oh vi assi taiyari odi khichi hoyi hai because sanu pata hai ki pasand aayega। ਇੱਕ ਵਾਰੀ ਦੁਬਾਰਾ ਦੱਸ ਦੋ ਸਾਡੇ ਦਰਸ਼ਕਾਂ ਨੂੰ, ਇਕੱਠੇ ਬੋਲਦੇ ਹਾਂ ਅਸੀਂ। ਓਕੇ, ਕੀ ਬਣੂ ਪੁਨੀਆ ਦਾ? ਸਮੀਪ ਕੰਗ ਯੂਟਿਊਬ ਚੈਨਲ ਤੇ ਦੇਖਿਓ ਜੀ, ਸੈਟਰਡੇ 5 PM ਫਿਲਹਾਲ ਟ੍ਰੇਲਰ ਆ ਗਿਆ, ਉਹ ਵੀ ਦੇਖੋ। ਇੱਕ ਗਾਣਾ ਆਣਾ ਹੈ, ਉਹਨੂੰ ਵੀ ਬਹੁਤ ਸਾਰਾ ਪਿਆਰ ਦਿਓ। ਥੈਂਕ ਯੂ ਸੋ ਮਚ ਐਂਡ ਕੀਪ ਲਵਿੰਗ। ਬਣੂ ਪੁਨੀਆ ਦਾ ਇਹ ਪੰਜਾਬੀ ਵੈਬ ਸੀਰੀਜ਼ ਫਿਲਮ ਪ੍ਰਮੋਸ਼ਨ ਤੇ ਅੱਜ ਸਾਡੇ ਨਾਲ ਜੁੜੇ ਨੇ ਬੱਬਲ ਰਾਏ ਜੀ, ਜਿਨ੍ਹਾਂ ਨੂੰ ਦੇਖਦੇ ਹੀ ਜਹਾਂ 'ਚ ਇੱਕ ਫਿਲਮ ਮਿਸ 420 ਯਾਦ ਆਉਂਦੀ ਹੈ, ਜਿਸ 'ਚ ਇਹਨਾਂ ਨੇ ਬੜਾ ਕਿਊਟ ਜਿਹਾ ਰੋਲ ਕੀਤਾ ਸੀ ਭਾਬੇ ਜੀ ਦਾ। ਆਈਏ ਚੱਲਦੇ ਹਾਂ ਬੱਬਲ ਰਾਏ ਜੀ ਦੇ ਕੋਲ। ਜਸਵਿੰਦਰ ਭੱਲਾ ਜੀ ਨੇ ਨਿਭਾਇਆ, ਛੋਟੇ ਪੁਨੀਆ ਸਾਹਿਬ ਦਾ ਕਿਰਦਾਰ ਰਾਜਵੀਰ ਦਾ ਮੈਂ ਨਿਭਾਇਆ ਜੀ। ਸੋ ਜਿੱਦਾਂ ਸਮੀਪ ਭਾਜੀ ਦਾ ਸਟਾਈਲ ਹੈ, ਆਊਟ ਐਂਡ ਆਊਟ ਕਾਮੇਡੀ ਹੈ, ਸੋ ਇਹਦੇ ਜਿਹੜੇ 20 ਐਪੀਸੋਡ ਨੇ ਜਿਹੜੇ ਯੂਟਿਊਬ ਦੇ ਉੱਪਰ ਆਉਣੇ ਆ। ਸੋ 12 ਮਾਰਚ ਨੂੰ ਪਹਿਲਾ ਐਪੀਸੋਡ ਜਿਹੜਾ ਆਊਗਾ, ਤੇ ਬਿਲਕੁਲ ਤੁਹਾਨੂੰ ਪਤਾ ਕਿ ਯੂਟਿਊਬ ਉੱਪਰ ਤੁਹਾਨੂੰ ਕਿਸੇ ਸਬਸਕ੍ਰਿਪਸ਼ਨ ਦੀ ਜ਼ਰੂਰਤ ਨਹੀਂ, ਤੁਸੀਂ ਫ੍ਰੀ ਦੇ ਵਿੱਚ ਇਹ ਦੇਖ ਸਕਦੇ ਹੋ। ਸੋ ਟ੍ਰੇਲਰ ਉਧਾ ਚੁੱਕਿਆ ਯੂਟਿਊਬ ਦੇ ਉੱਪਰ, ਜੇ ਤੁਸੀਂ ਹਾਲੇ ਤੱਕ ਨਹੀਂ ਦੇਖਿਆ ਤਾਂ ਕੀ ਬਣੂ ਪੁਨੀਆ ਦਾ ਪਹਿਲਾਂ ਤੁਸੀਂ ਟ੍ਰੇਲਰ ਦੇਖੋ, ਸਾਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗੂਗਾ। ਤੇ ਉਸ ਤੋਂ ਬਾਅਦ ਪਹਿਲਾ ਐਪੀਸੋਡ 12 ਮਾਰਚ ਨੂੰ ਆਊਗਾ, ਤੇ ਮੈਨੂੰ ਲੱਗਦਾ ਕਿ ਜਿੱਦਾਂ ਦਾ ਹੁਣ ਸਟ੍ਰੈਸ ਵਾਲਾ ਟਾਈਮ ਚੱਲ ਰਿਹਾ, ਪਿੱਛੇ ਜੇ ਆਪਾਂ ਇੰਨਾ ਵੱਡਾ ਕੋਵਿਡ ਦਾ ਐਪੀਸੋਡ ਲੰਘਾ ਕੇ ਹਟੇ ਹਾਂ, ਤਾਂ ਜ਼ਿੰਦਗੀ ਦੇ ਵਿੱਚ ਥੋੜ੍ਹੀ ਹਾਸਿਆਂ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕਰੂਗੀ। ਕੀ ਬਣੂ ਪੁਨੀਆ? ਬਾਬਾ ਜੀ, ਜਿੱਦਾਂ ਦੇਖਦੇ ਹਾਂ ਅਸੀਂ ਵੈਬ ਸੀਰੀਜ਼ 'ਚ ਕਾਫੀ ਬਲਗਰ ਚੱਲਦਾ ਹੈ ਜੀ, ਦੇਖਦੇ ਆਏ ਹੋ ਤੁਸੀਂ, ਇਸ 'ਚ ਆਪਣੀ ਫਿਲਮ 'ਚ ਕੀ ਖਾਸ ਹੈ? ਕੁਛ ਬਲਗਰ ਤਾਂ ਨਹੀਂ ਹੈ ਇਸ 'ਚ? ਆਪਣੀ ਪਰਿਵਾਰਿਕ ਪੰਜਾਬੀ ਜਨਤਾ ਦੇਖ ਸਕਦੀ ਹੈ ਫਿਲਮ ਪਰਿਵਾਰ ਨਾਲ? ਹੁਣ ਤੱਕ ਜਿੰਨੀਆਂ ਵੀ ਵੈਬ ਸੀਰੀਜ਼ ਬਣੀਆਂ, ਜਿੱਦਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਸਮੀਪ ਭਾਜੀ ਨੇ, ਸਾਰੀਆਂ ਕ੍ਰਾਈਮ ਨੂੰ ਲੈ ਕੇ ਹਨਾ, ਥ੍ਰਿਲਰ ਵਾਲੇ ਜਨਰ ਦੇ ਵਿੱਚ ਉਸ ਪਾਸੇ ਦੀਆਂ ਸਾਰੀਆਂ ਕੋਸ਼ਿਸ਼ਾਂ ਉਹਦੇ ਵਿੱਚ ਕਾਫੀ ਲੋਕਾਂ ਨੇ ਪਸੰਦ ਕੀਤਾ। ਨਹੀਂ ਦੇਖੋ, ਜਿਹੜਾ ਵਲਗਰ ਹੈਗਾ ਤੁਸੀਂ ਕਹਿ ਰਹੇ ਹੋ ਕਿ ਉਹ OTT ਦੇ ਉੱਪਰ ਚੋਇਸ ਹੋ ਜਾਂਦੀ ਹੈ ਨਾ ਆਡੀਅੰਸ ਕੋਲ,
ਡਾਇਰੈਕਟਰ ਵੀ ਫਿਲਮੀ, ਐਕਟਰ ਵੀ ਫਿਲਮੀ, ਤੁਹਾਡਾ ਪੋਸਟਰ ਟ੍ਰੇਲਰ ਸਾਰਾ ਕੁਛ ਫਿਲਮੀ ਲੱਗ ਰਿਹਾ, ਵੈਬ ਸੀਰੀਜ਼ ਕਿਉਂ ਆ? ਸੋ ਪਹਿਲਾਂ ਸਰ ਹੱਸਦੇ ਸੀ, ਕਹਿੰਦੇ ਸੀ ਬਣਾਈ ਫਿਲਮੀ ਸੀ, ਥੋੜੀ ਲੰਬੀ ਬਣ ਗਈ, ਸੋ ਕਿਸ਼ਤਾਂ ਦੇ ਵਿੱਚ ਯੂਟਿਊਬ ਉੱਪਰ ਆਊਗੀ। ਸੋ ਹੈ ਇੱਕ ਤਰ੍ਹਾਂ ਨਾਲ ਫਿਲਮ ਹੀ ਆ, ਜਿਹੜੀ ਤੁਹਾਨੂੰ ਐਪੀਸੋਡ ਦੇ ਵਿੱਚ ਵੈਬ ਸੀਰੀਜ਼ ਦੇ ਰੂਪ ਦੇ ਵਿੱਚ ਦੇਖਣਾ। ਭਾਜੀ ਤੁਸੀਂ ਐਕਟਰ ਦੇ ਨਾਲ ਨਾਲ ਪਹਿਲਾਂ ਤੁਸੀਂ ਆਪਣਾ ਸੰਗੀਤ ਦੇ ਨਾਲ ਆਪਣਾ ਸਫ਼ਰ ਸਟਾਰਟ ਕੀਤਾ ਸੀ, ਹੁਣ ਇਸ ਚ ਕੀ ਭਾਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਕੋਈ ਆਪਣਾ ਵਧੀਆ ਸੰਗੀਤ ਕੁਛ ਦੋ ਬੋਲ ਸੁਣਾ ਦਿਓ। ਹਾਂਜੀ ਮੈਂ ਤੁਹਾਨੂੰ ਇੱਕ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ। ਭਾਜੀ ਇੱਕ ਜਾਂਦੇ ਜਾਂਦੇ ਇੱਕ ਮੇਰੀ ਖਾਇਸ਼ ਹੈ, ਮੇਰੀ ਬੜੀ ਫੇਵਰੇਟ ਫਿਲਮ ਰਹੀ ਹੈ ਮਿਸ 420, ਉਹਦਾ ਇੱਕ ਥੋੜੀ ਆਪਣਾ ਡਾਇਲੋਗ ਥੋੜਾ ਸੁਣਾ ਦੋ, ਇੱਕ ਜਿਹੜਾ ਭਾਬੀ ਵਾਲਾ ਕਿਰਦਾਰ ਸੀ ਤੁਹਾਡਾ ਬੜਾ ਕਿਊਟ ਸੀ ਜੀ, ਜਿਹੜਾ ਲਹਿਜਾ ਸੀ ਨਾ ਜਿਹੜਾ। ਸੋ ਮਿਸਟਰ ਐਂਡ ਮਿਸਿਸ 420 ਮੇਰੀ ਪਹਿਲੀ ਫਿਲਮ ਸੀਗੀ, ਪਹਿਲੀ ਗੱਲ ਹੈ ਜੀ, ਉਹਦੇ ਵਿੱਚ ਵੀ ਭੱਲਾ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਸ ਤੋਂ ਬਾਅਦ ਹੁਣ ਮੈਂ ਆ ਕੇ ਕੋਈ ਕਾਮੇਡੀ ਜਿਹੜਾ ਪ੍ਰੋਜੈਕਟ ਆ ਉਹ ਕੀਤਾ ਹੈ ਨਾ, ਸੋ ਮੈਨੂੰ ਵੀ ਬੜਾ ਵਧੀਆ ਲੱਗਿਆ ਕਾਫੀ ਦੇਰ ਬਾਅਦ ਉਹ ਕਾਮੇਡੀ ਕਰਨ ਤੇ ਉਹ ਚ ਮੇਰਾ ਕਿਰਦਾਰ ਸੀਗਾ। ਹਾਂਜੀ ਮੇਲ ਫੀਮੇਲ ਦੋਨੋਂ ਕਰੈਕਟਰ ਮੈਨੂੰ ਪਲੇ ਕਰਨ ਵਾਲੇ ਸੀ, ਤਾਂ ਉਹ ਚ ਇੱਕ ਡਾਇਲੋਗ ਸੀਗਾ, ਮੈਨੂੰ ਨਾ ਦੱਸਿਆ ਕਰੋ ਯੂ ਨੋ ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਇਕਨ ਦਬਾਨਾ ਨਾ ਭੁਲੇ।